ਹਾਥੀ ਦੀ ਰੇਸ। ਸ਼ੌਕ ਅਲੱਗ ਹੁੰਦੇ ਨੇ, ਜਿਵੇਂ ਕਿਸੇ ਨੂੰ ਖਾਣ ਦਾ ਸ਼ੌਕ ਹੁੰਦਾ ਤੇ ਕਿਸੇ ਨੂੰ ਸੌਣ ਦਾ। ਟਿੰਗੂ ਨੂੰ ਵੀ ਇੱਕ ਸ਼ੌਕ ਸੀ, ਰੇਸ ਦਾ ਸ਼ੌਕ। ਟਿੰਗੂ ਮੁਹੱਲੇ ਦੇ ਛੋਟੇ ਛੋਟੇ ਬੱਚਿਆਂ ਨੂੰ ਇਕੱਠਾ ਕਰਦਾ ਸੀ ਤੇ ਉਹਨਾਂ ਦੀ ਰੇਸ ਲਾਂਦਾ ਸੀ। ਜੋ ਜਿੱਤਿਆ ਉਹਨੂੰ ਲੈਮਨ ਜੂਸ ਦੀ ਗੋਲੀ ਦਵਾਂਗਾ। ਤੂੰ ਵੀ ਤਾਂ ਫੱਜ, ਤੂੰ ਵੀ ਤਾਂ ਬੱਚਾ ਹੀ ਹੈ। ਟਿੰਗੂ ਨੂੰ ਗੁੱਸਾ ਆ ਗਿਆ। ਲੱਗਦਾ ਤੈਨੂੰ ਲੈਮਨ ਜੂਸ ਦੇਣਾ ਹੀ ਪਊਗਾ। ਕੁਝ ਦਿਨਾਂ ਤੱਕ ਬੱਚੇ ਟਿੰਗੂ ਤੇ ਇਸ਼ਾਰੇ ਤੇ ਭੱਜਦੇ ਰਹੇ, ਪਰ ਕੁਝ ਦਿਨਾਂ ਬਾਅਦ ਉਹ ਲੈਮਨ ਦੀ ਗੋਲੀ ਚੂਸ ਚੂਸ ਕੇ ਬੋਰ ਹੋ ਗਏ। ਓ ਜੀ ਸੁਣੋ ਨਾ ਅੰਕਲ, ਹੁਣ ਵੱਡੇ ਹੋ ਜਾਓ, ਕਦ ਤੱਕ ਇੰਜ ਬੱਚਿਆਂ ਨੂੰ ਲੈਮਨ ਦੀ ਗੋਲੀ ਦਿਓਗੇ? ਕੁਝ ਵੱਡਾ ਸੋਚੋ। ਇਹ ਸੁਣ ਕੇ ਟਿੰਗੂ ਸ਼ਰਮਿੰਦਾ ਹੋ ਗਿਆ ਤੇ ਉਹਨੇ ਬੱਚਿਆਂ ਦੀ ਰੇਸ ਲਾਣਾ ਬੰਦ ਕਰ ਦਿੱਤਾ। ਬੱਚੇ ਠੀਕ ਕਹਿੰਦੇ ਨੇ, ਸੱਚੀ ਮੁੱਚੀ ਲੈਮਨ ਚੂਸ ਹੀ ਬਣ ਗਿਆ ਮੈਂ, ਜੋ ਵੀ ਆਂਦਾ ਹੈ ਚੂਸ ਕੇ ਲੰਘ ਜਾਂਦਾ ਹੈ। ਹੁਣ ਮੈਨੂੰ ਕੁਝ ਵੱਡਾ ਕਰਨਾ ਪਵੇਗਾ। ਤੇ ਉਹ ਮੌਕਾ ਵੀ ਟਿੰਗੂ ਕੋਲ ਆਪ ਹੀ ਚੱਲ ਕੇ ਆਇਆ ਜਿਹਦਾ ਉਹਨੂੰ ਇੰਤਜ਼ਾਰ ਸੀ। ਟਿੰਗੂ ਨਿਊਜ਼ਪੇਪਰ ਪੜ੍ਹ ਰਿਹਾ ਸੀ, ਤਦ ਹੀ ਉਹਨੇ ਇੱਕ ਇਸ਼ਤਿਹਾਰ ਵੇਖਿਆ। ਹਾਥੀਆਂ ਦੀ ਦੌੜ, ਉਹ ਵੀ ਸਾਡੇ ਸ਼ਹਿਰ ਵਿੱਚ। ਇਹੀ ਹੈ ਉਹ ਵੱਡਾ ਮੌਕਾ, ਮੈਂ ਵੀ ਰੇਸ ਵਿੱਚ ਆਪਣਾ ਹਾਥੀ ਦੌੜਾਵਾਂਗਾ। ਟਿੰਗੂ ਨੇ ਜਾ ਕੇ ਰੇਸ ਦਾ ਫਾਰਮ ਭਰ ਦਿੱਤਾ ਤੇ ਟਿੰਗੂ ਹਾਥੀ ਖਰੀਦਣ ਬਾਜ਼ਾਰ ਗਿਆ। ਓ ਬਿਲਕੁਲ ਠੀਕ ਜਗ੍ਹਾ ਆਇਓ, ਮੇਰਾ ਨਾਂ ਹੱਟੂ ਹੈ, ਮੈਂ ਦਊਂਗਾ ਤੁਹਾਨੂੰ ਹਾਥੀ। ਹੱਟੂ, ਇਹ ਕਿੱਦਾਂ ਦਾ ਨਾਂ ਹੈ ਬਈ? ਮੇਰਾ ਅਸਲੀ ਨਾਮ ਦੱਤੂ ਹੈ, ਹਾਥੀਆਂ ਦੇ ਨਾਲ ਰਹਿ ਰਹਿ ਕੇ ਹੱਥੂ ਹੋ ਗਿਆ। ਬੋਲੋ ਕਿਹੜਾ ਹਾਥੀ ਦਵਾਂ? ਮੈਨੂੰ ਦੌੜਨ ਵਾਲਾ ਹਾਥੀ ਚਾਹੀਦਾ ਹੈ, ਰੇਸ ਦੌੜਾਣਾ ਮੈਂ। ਓ ਜੀ ਡੋਂਟ ਵਰੀ, ਤੁਹਾਨੂੰ ਅਜਿਹਾ ਹਾਥੀ ਦਵਾਂਗਾ ਜੋ ਬਹੁਤ ਤੇਜ਼ ਭੱਜਦਾ ਹੈ, ਘੋੜੇ ਤੋਂ ਵੀ ਤੇਜ਼। ਓ ਜੀ ਮਹਾਰਾਜ, ਤੁਸੀਂ ਤੇ ਨੀਰਜ ਚੋਪੜਾ ਤੋਂ ਵੀ ਜ਼ਿਆਦਾ ਲੰਬਾ ਸੱਟ ਲੈਂਦੇ ਹੋ, ਹੱਦ ਹੋ ਗਈ। ਕੋਈ ਹਾਥੀ ਘੋੜੇ ਤੋਂ ਤੇਜ਼ ਕਿਵੇਂ ਭੱਜ ਸਕਦਾ ਬਈ? ਹੈ ਓ ਬਈ, ਉਹ ਹਾਥੀ ਘੋੜਾ ਬਣਨਾ ਚਾਹੁੰਦਾ ਸੀ, ਪਰ ਘਰ ਵਾਲਿਆਂ ਦੇ ਪ੍ਰੈਸ਼ਰ ਵਿੱਚ ਉਹਨੂੰ ਹਾਥੀ ਬਣਨਾ ਪੈ ਗਿਆ। ਤੇ ਫਿਰ ਹਾਥੀ ਵਾਲੇ ਨੇ ਟਿੰਗੂ ਨੂੰ ਇੱਕ ਹਾਥੀ ਦਿਖਾਇਆ ਜੋ ਕਿ ਬਹੁਤ ਹੀ ਵੱਡਾ ਤੇ ਤਾਕਤਵਰ ਸੀ। ਇਹ ਹੈ ਉਹ ਹਾਥੀ ਜਿਹੜਾ ਬਹੁਤ ਤੇਜ਼ ਦੌੜਦਾ ਹੈ, ਕਮਾਲ ਹੈ, ਲੈ ਜਾਓ ਇਹਨੂੰ। ਫਿਰ ਕੀ ਸੀ, ਪੈਸੇ ਦੇ ਕੇ ਟਿੰਗੂ ਉਸ ਹਾਥੀ ਤੇ ਬਹਿ ਗਿਆ ਤੇ ਉਹਨੂੰ ਦੌੜਾ ਦੌੜਾ ਕੇ ਘਰ ਵੱਲ ਤੁਰ ਪਿਆ। ਹਾਥੀ ਕਾਫੀ ਤੇਜ਼ ਭੱਜ ਰਿਹਾ ਸੀ, ਸਵਾਰੀ ਕਰਦੇ ਹੋਏ ਟਿੰਗੂ ਨੂੰ ਬਹੁਤ ਮਜ਼ਾ ਆ ਰਿਹਾ ਸੀ। ਇਹ ਹਾਥੀ ਤਾਂ ਬਹੁਤ ਤੇਜ਼ ਆ ਬਈ, ਇਹ ਤਾਂ ਮੈਨੂੰ ਰੇਸ ਜਿਤਵਾ ਕੇ ਮੰਨੂਗਾ ਬਈ। ਤਦ ਹੀ ਰਸਤੇ 'ਚ ਟਿੰਗੂ ਨੂੰ ਉਹਦਾ ਗਵਾਂਢੀ ਐਟੀਟਿਊਡ ਮਿਲਿਆ। ਐਟੀਟਿਊਡ ਆਪਣੇ ਹੀ ਐਟੀਟਿਊਡ 'ਚ ਰਹਿੰਦਾ ਸੀ ਤੇ ਦੂਜਿਆਂ ਨਾਲ ਹਮੇਸ਼ਾ ਜਲਦਾ ਸੀ। ਟਿੰਗੂ ਨੂੰ ਹਾਥੀ ਤੇ ਬੈਠਾ ਵੇਖ ਐਟੀਟਿਊਡ ਨੇ ਕਿਹਾ, ਅਰੇ ਇਸ ਮੱਛਰ ਨੂੰ ਲੈ ਕੇ ਕਿੱਥੇ ਜਾ ਰਿਹਾ ਹੈ? ਓਏ ਮੱਛਰ ਨਹੀਂ ਹਾਥੀ ਹੈ, ਮੈਂ ਹਾਥੀ ਤੋਂ ਹੀ ਪੁੱਛ ਰਿਹਾ, ਮੱਛਰ ਨੂੰ ਲੈ ਕੇ ਕਿੱਥੇ ਜਾ ਰਿਹਾ ਹੈ? ਇਹ ਸੁਣ ਕੇ ਟਿੰਗੂ ਨੂੰ ਗੁੱਸਾ ਆ ਗਿਆ। ਐਟੀਟਿਊਡ, ਆਪਣੀ ਔਕਾਤ 'ਚ ਰਹਿ, ਮੈਂ ਵੱਡਾ ਆਦਮੀ ਬਣ ਗਿਆ, ਹਾਥੀਆਂ ਦੀ ਰੇਸ 'ਚ ਹਿੱਸਾ ਲੈ ਰਿਹਾ ਮੈਂ, ਅਜਿਹਾ ਹਾਥੀ ਲੈ ਕੇ ਆਇਆ ਕਿ ਇਹ ਰੇਸ ਪੱਕਾ ਜਿੱਤਾਂਗਾ ਮੈਂ, ਚੱਲ ਮੇਰੇ ਹਾਥੀ। ਟਿੰਗੂ ਹਾਥੀ ਨੂੰ ਲੈ ਕੇ ਨਿਕਲ ਗਿਆ ਤੇ ਐਟੀਟਿਊਡ ਸੋਚ 'ਚ ਪੈ ਗਿਆ। ਆ ਟਿੰਗੂ ਜਿਹੜਾ ਕੱਲ ਤੱਕ ਬੱਚਿਆਂ ਦੀ ਰੇਸ ਲਾਉਂਦਾ ਸੀ, ਅੱਜ ਹਾਥੀ ਦੀ ਰੇਸ 'ਚ ਹਿੱਸਾ ਲੈਣ ਜਾ ਰਿਹਾ, ਮੇਰੇ ਐਟੀਟਿਊਡ ਤੋਂ ਜ਼ਿਆਦਾ ਤਾਂ ਇਹਦਾ ਕੌਨਫੀਡੈਂਸ ਆ। ਜੇ ਆ ਰੇਸ ਜਿੱਤ ਗਿਆ ਤੇ ਮੇਰੀ ਮੁਹੱਲੇ 'ਚ ਕੀ ਵੈਲਿਊ ਰਹਿ ਜਾਏਗੀ? ਨਹੀਂ ਨਹੀਂ, ਇਹਨੂੰ ਮੈਂ ਇਹ ਰੇਸ ਨਹੀਂ ਜਿੱਤਣ ਦੇਵਾਂਗਾ। ਇੱਥੇ ਟਿੰਗੂ ਦੇ ਦੋਸਤ ਲੰਬੂ ਨੂੰ ਜਿੱਦਾਂ ਹੀ ਪਤਾ ਲੱਗਾ ਕਿ ਟਿੰਗੂ ਹਾਥੀ ਦੀ ਰੇਸ 'ਚ ਹਿੱਸਾ ਲੈਣ ਵਾਲਾ ਹੈ, ਉਹ ਬਹੁਤ ਸਾਰੇ ਕੇਲੇ ਲੈ ਕੇ ਹਾਥੀ ਨੂੰ ਮਿਲਣ ਪਹੁੰਚ ਗਿਆ।
ਮੈਨੂੰ ਬਹੁਤ ਖੁਸ਼ੀ ਹੈ ਟਿੰਗੂ ਕਿ ਸਾਡਾ ਹਾਥੀ ਰੇਸ ਵਿੱਚ ਦੌੜੇਗਾ। ਵੇਖ, ਮੈਂ ਹਾਥੀ ਲਈ ਕੇਲੇ ਲੈ ਕੇ ਆਇਆ ਹਾਂ। ਬਹੁਤ ਚੰਗਾ ਕੀਤਾ ਲੰਬੂ, ਜਾ ਕੇਲੇ ਖਵਾ ਹਾਥੀ ਨੂੰ। ਫਿਰ ਲੰਬੂ ਹਾਥੀ ਦੇ ਕੋਲ ਜਾ ਕੇ ਉਹਨੂੰ ਕੇਲੇ ਖਿਲਾਣ ਲੱਗਾ। ਇੱਥੇ ਸ਼ਹਿਰ ਦੇ ਵਿਚਕਾਰ ਬਹੁਤ ਹੀ ਵੱਡਾ ਗਰਾਊਂਡ ਤਿਆਰ ਕੀਤਾ ਜਾ ਰਿਹਾ ਸੀ। ਹਾਥੀਆਂ ਦੀ ਰੇਸ ਦੀ ਪੂਰੀ ਤਿਆਰੀ ਹੋ ਰਹੀ ਸੀ। ਇੱਕ ਰਾਤ ਦੀ ਗੱਲ ਹੈ, ਲੰਬੂ ਟਿੰਗੂ ਸੁੱਤੇ ਹੋਏ ਸੀ। ਹਾਥੀ ਘਰ ਦੇ ਬਾਹਰ ਬੰਨਿਆ ਹੋਇਆ ਸੀ। ਤਦ ਹੀ ਐਟੀਟਿਊਡ ਇੱਕ ਇੰਜੈਕਸ਼ਨ ਲੈ ਕੇ ਹਾਥੀ ਦੇ ਕੋਲ ਆਇਆ। ਕੱਲ ਹੀ ਸੈ, ਅੱਜ ਮੈਂ ਇੰਜੈਕਸ਼ਨ ਹਾਥੀ ਨੂੰ ਦੇ ਦੇਵਾਂਗਾ ਤੇ 4 ਦਿਨ ਤੱਕ ਇਹ ਹਾਥੀ ਆਪਣੀ ਜਗ੍ਹਾ ਤੋਂ ਹਿੱਲੇਗਾ ਵੀ ਨਹੀਂ। ਇੰਜ ਕਹਿ ਕੇ ਐਟੀਟਿਊਡ ਨੇ ਹਾਥੀ ਨੂੰ ਚੁੱਪ ਚਾਪ ਇੰਜੈਕਸ਼ਨ ਲਾ ਦਿੱਤਾ ਤੇ ਉਹ ਉੱਥੋਂ ਭੱਜ ਗਿਆ। ਦੂਜੇ ਦਿਨ ਦੀ ਸਵੇਰ ਹੋਈ, ਲੰਬੂ ਹਾਥੀ ਦੇ ਕੋਲ ਆਇਆ। ਹਾਥੀ ਬੜੀ ਸੁਸਤੀ ਨਾਲ ਜ਼ਮੀਨ ਤੇ ਬੈਠਾ ਹੋਇਆ ਸੀ। ਓਏ ਹਾਥੀ, ਚੱਲ ਉੱਠ, ਰੇਸ ਦੀ ਪ੍ਰੈਕਟਿਸ ਕਰਨੀ ਹੈ, ਜਿੱਤਣੀ ਹੈ ਨਾ। ਪਰ ਹਾਥੀ ਹਿੱਲ ਵੀ ਨਹੀਂ ਰਿਹਾ ਸੀ। ਲੰਬੂ ਨੇ ਬਹੁਤ ਕੋਸ਼ਿਸ਼ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ। ਟਿੰਗੂ ਵੀ ਉੱਥੇ ਆ ਗਿਆ। ਉਹਨੇ ਵੀ ਹਾਥੀ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਹਾਥੀ ਉੱਠਿਆ ਹੀ ਨਹੀਂ। ਓ ਯਾਰ, ਹੁਣ ਕੀ ਕਰੀਏ, ਇਹ ਹਾਥੀ ਤੇ ਹਿੱਲਣ ਦਾ ਨਾਂ ਤੱਕ ਨਹੀਂ ਲੈ ਰਿਹਾ। ਰੇਸ ਸ਼ੁਰੂ ਹੋਣ ਵਿੱਚ ਸਿਰਫ 1 ਘੰਟਾ ਹੀ ਬਾਕੀ ਹੈ। ਇੰਜ ਕਹਿ ਕੇ ਟਿੰਗੂ ਰੋਣ ਲੱਗ ਗਿਆ। ਤੂੰ ਟੈਨਸ਼ਨ ਨਾ ਲੈ ਟਿੰਗੂ, ਮੈਂ ਇਸ ਨੂੰ ਚੁੱਕਦਾ। ਲੰਬੂ ਨੇ ਹਾਥੀ ਦੇ ਥੱਲੇ ਆਪਣੇ ਪਹਾੜੀ ਹੱਥ ਲਾਏ ਤੇ ਹਾਥੀ ਨੂੰ ਚੱਕਣ ਲੱਗਾ। ਹਾਥੀ ਜ਼ਮੀਨ ਤੋਂ ਉੱਤੇ ਉੱਠ ਗਿਆ। ਵਾਹ ਲੰਬੂ, ਕਮਾਲ ਕਰ ਦਿੱਤਾ, ਅਸਲੀ ਹਾਥੀ ਤੇ ਵੀਰੇ ਤੂੰ ਹੈ। ਪਰ ਜਿੱਦਾਂ ਹੀ ਲੰਬੂ ਨੇ ਹਾਥੀ ਨੂੰ ਛੱਡਿਆ ਉਹ ਫੇਰ ਬਹਿ ਗਿਆ। ਓਏ ਟਿੰਗੂ, ਇਹ ਤਾਂ ਆਪਣੇ ਪੈਰਾਂ ਤੇ ਖੜਾ ਹੀ ਨਹੀਂ ਰਹਿਣਾ ਚਾਹੁੰਦਾ। ਹੁਣ ਕੀ ਕਰੀਏ, ਰੇਸ ਸ਼ੁਰੂ ਹੋਣ ਵਿੱਚ ਸਿਰਫ 1/2 ਘੰਟਾ ਰਹਿ ਗਿਆ। ਓ ਯਾਰ, ਕੀ ਕਰੀਏ ਹੁਣ, ਰੇਸ ਹਿੱਸਾ ਨਹੀਂ ਲਿਆ ਤੇ ਬਹੁਤ ਵੱਡਾ ਨੁਕਸਾਨ ਹੋ ਜਾਣਾ। ਸਾਡਾ ਇੱਜ਼ਤ ਦੇ ਨਾਲ ਨਾਲ ਡਿਪੋਜ਼ਿਟ ਵੀ ਚਲਾ ਜਾਊਗਾ ਜਿਹੜਾ ਫਾਰਮ ਦੇ ਨਾਲ ਭਰ ਕੇ ਆਇਆ ਸੀ। ਤਦ ਹੀ ਟਿੰਗੂ ਦੀ ਨਜ਼ਰ ਲੰਬੂ ਤੇ ਪਈ। ਉਹ ਲੰਬੂ ਨੂੰ ਅਲੱਗ ਅੰਦਾਜ਼ ਨਾਲ ਵੇਖਣ ਲੱਗ ਗਿਆ। ਮੇਰੇ ਵੱਲ ਵੇਖ ਕੇ ਟਾਈਮ ਬਰਬਾਦ ਨਾ ਕਰ, ਚੱਲ ਦੂਜਾ ਹਾਥੀ ਅਰੇਂਜ ਕਰਦੇ ਆ, ਘੱਟ ਤੋਂ ਘੱਟ ਡਿਪੋਜ਼ਿਟ ਤਾਂ ਬਚ ਜਾਵੇਗਾ। ਓਏ ਲੰਬੂ, ਦੂਜਾ ਹਾਥੀ ਵੀ ਤੇ ਇੱਥੇ ਹੀ ਹੈ। ਕਿੱਥੇ ਹੈ ਤੂੰ? ਕੀ ਤੂੰ ਪਾਗਲ ਤਾਂ ਨਹੀਂ ਹੋ ਗਿਆ? ਲੰਬੂ, ਤੇਰਾ ਹਾਥੀਆਂ ਵਰਗਾ ਸਰੀਰ ਹੈ ਤੇ ਹਾਥੀਆਂ ਜਿੰਨੀ ਤਾਕਤ ਹੈ ਤੇਰੇ ਚ, ਹੁਣੇ ਹੁਣੇ ਇਸ ਹਾਥੀ ਨੂੰ ਚੱਕ ਕੇ ਤੂੰ ਸਾਬਿਤ ਕਰ ਚੁੱਕਿਆ ਹੈ। ਗਲਤੀ ਕਰਤੀ ਮੈਂ ਇਹ ਹਾਥੀ ਲੈ ਕੇ, ਮੈਨੂੰ ਤੇ ਤੈਨੂੰ ਰੇਸ ਦੇ ਲਈ ਤਿਆਰ ਕਰਨਾ ਚਾਹੀਦਾ ਸੀ। ਤੇਰਾ ਮਤਲਬ ਹੈ ਹਾਥੀ ਦੀ ਰੇਸ ਵਿੱਚ ਮੈਂ ਭੱਜਾਂ? ਮੈਂ ਭੱਜ ਵੀ ਲਵਾਂਗਾ ਪਰ ਲੋਕ ਮੰਨਣਗੇ? ਉਲਟਾ ਲੋਕਾਂ ਨੂੰ ਮਜ਼ਾ ਆਊਗਾ, ਤੂੰ ਚੱਲ ਬਸ। ਤੇ ਲੰਬੂ ਟਿੰਗੂ ਗਰਾਊਂਡ 'ਚ ਪਹੁੰਚੇ। ਉੱਥੇ ਸਾਰੇ ਹਾਥੀ ਲਾਈਨ 'ਚ ਖੜੇ ਸੀ। ਉਸ ਲਾਈਨ 'ਚ ਲੰਬੂ ਖੜਾ ਸੀ ਤੇ ਲੰਬੂ ਤੇ ਉੱਤੇ ਟਿੰਗੂ ਬੈਠਾ ਸੀ। ਦੋਨਾਂ ਨੂੰ ਵੇਖ ਕੇ ਲੋਕੀ ਹੱਸ ਰਹੇ ਸੀ। ਸ਼ੁਰੂ ਹੋਣ ਵਾਲੀ ਹੈ ਹਾਥੀਆਂ ਦੀ ਰੇਸ, ਤੇ ਰੇਸ ਦੀ ਖਾਸ ਗੱਲ ਇਹ ਹੈ ਕਿ ਹਾਥੀਆਂ ਦੀ ਰੇਸ 'ਚ ਹਾਥੀ ਵਰਗਾ ਇੱਕ ਇਨਸਾਨ ਦੌੜੇਗਾ ਜਿਹਦਾ ਨਾਂ ਹੈ ਲੰਬੂ, ਤੇ ਉਹਨੂੰ ਰੇਸ 'ਚ ਲਾਇਆ ਹੈ ਟਿੰਗੂ ਨੇ। ਤਾਂ ਤਿਆਰ ਹੋ ਜਾਓ, ਕਾਫੀ ਦਿਲਚਸਪ ਹੋਣ ਵਾਲੀ ਹੈ ਇਹ ਰੇਸ। ਗਨ ਸ਼ੂਟ ਹੋਈ ਤੇ ਰੇਸ ਸ਼ੁਰੂ ਹੋ ਗਈ। ਸਾਰੇ ਹਾਥੀ ਇਕੱਠੇ ਭੱਜਣ ਲੱਗੇ ਤੇ ਹਾਥੀਆਂ ਦੇ ਵਿੱਚ ਲੰਬੂ ਟਿੰਗੂ ਨੂੰ ਲੈ ਕੇ ਭੱਜਣ ਲੱਗਾ। ਭੱਜ ਲੰਬੂ, ਹੋਰ ਤੇਜ਼ ਭੱਜ ਲੰਬੂ, ਪੂਰੀ ਤਾਕਤ ਲਗਾ ਦੇ ਲੰਬੂ। ਲੰਬੂ ਤੇਜ਼ ਭੱਜਦਾ ਰਿਹਾ। ਵੇਖਦੇ ਹੀ ਵੇਖਦੇ ਉਹਨੇ ਸਾਰੇ ਹਾਥੀਆਂ ਨੂੰ ਪਿੱਛੇ ਛੱਡ ਦਿੱਤਾ ਤੇ ਲੰਬੂ ਰੇਸ ਜਿੱਤ ਗਿਆ। ਯੇ! ਇਸ ਤਰ੍ਹਾਂ ਟਿੰਗੂ ਨੇ
ਚਲਾਕੀ ਨਾਲ ਹਾਥੀਆਂ ਦੀ ਰੇਸ 'ਚ ਲੰਬੂ ਨੂੰ ਦੌੜਾਇਆ ਤੇ ਬਹੁਤ ਵੱਡਾ ਇਨਾਮ ਵੀ ਜਿੱਤਿਆ ਤੇ ਦੋਨਾਂ ਨੂੰ ਸਟੇਜ 'ਤੇ ਇਨਾਮ ਲੈਂਦੇ ਹੋਏ ਵੇਖ ਕੇ ਆਡੀਅੰਸ 'ਚ ਬੈਠੇ ਐਟੀਟਿਊਡ ਦੀ ਚੇਅਰ ਦੇ ਥੱਲੋਂ ਧੂਆਂ ਨਿਕਲ ਰਿਹਾ ਸੀ।